ਨਰਾਤਿਆਂ ਦਾ ਵਰਤ ਰੱਖਣ ਵਾਲੇ ਸਾਵਧਾਨ। ਜ਼ਹਿਰੀਲਾ ਹੋਇਆ ਵਰਤ ਵਾਲਾ ਆਟਾ। ਉਲਟੀਆਂ ਕਰ ਕਰ ਹਫ ਗਏ ਲੋਕ। ਜੀ ਹਾਂ, ਨਰਾਤਿਆਂ ਦਾ ਸਮਾਂ ਹੈ ਤੇ ਨਰਾਤਿਆਂ ਦੇ ਵਿੱਚ ਮਾਤਾ ਦੇ ਭਗਤ ਅਕਸਰ ਵਰਤ ਰੱਖਦੇ ਨੇ, ਪਰ ਇਸ ਵਾਰ ਵਰਤ ਰੱਖਣ ਵਾਲਿਆਂ ਦੀ ਹਾਲਤ ਖਰਾਬ ਹੋ ਗਈ ਹੈ, ਕਿਉਂਕਿ ਇਸ ਵਾਰ ਵਰਤ ਵਾਲਾ ਆਟਾ ਮਿਲਾਵਟ ਵਾਲਾ ਆ ਰਿਹਾ ਹੈ। ਹਾਲਾਂਕਿ ਅਜੇ ਤੱਕ ਇਹ ਸਾਫ ਨਹੀਂ ਹੋਇਆ ਕਿ ਆਖਿਰ ਇਹ ਵਰਤ ਵਾਲਾ ਆਟਾ ਖਾਣ ਨਾਲ ਲੋਕ ਬਿਮਾਰ ਕਿਉਂ ਹੋ ਰਹੇ ਨੇ, ਪਰ ਦੱਸ ਦਈਏ ਕਿ ਹੁਣ ਵੀ 150 ਲੋਕ ਵਰਤ ਵਾਲਾ ਆਟਾ ਖਾਣ ਦੇ ਕਾਰਨ ਬਿਮਾਰ ਹੋ ਗਏ ਨੇ। ਇੱਕੋ ਹੀ ਪਿੰਡ ਦੇ ਇਹ ਲੋਕ ਨੇ ਜੋ ਵੱਖ ਵੱਖ ਹਸਪਤਾਲਾਂ ਦੇ ਵਿੱਚ ਭਰਤੀ ਨੇ, ਕਈ ਤਾਂ ਘਰਾਂ ਦੇ ਵਿੱਚ ਹੀ ਆਪਣਾ ਇਲਾਜ ਕਰ ਰਹੇ ਨੇ। ਦਰਅਸਲ ਨਰਾਤਿਆਂ ਦੇ ਵਿੱਚ ਵਰਤ ਰੱਖਣ ਵਾਲੇ ਸ਼ਰਧਾਲੂ ਵੱਖਰੇ ਆਟੇ ਦੀ ਵਰਤੋਂ ਕਰਦੇ ਨੇ, ਜਿਸ ਦੀ ਉਹ ਰੋਟੀ ਖਾ ਸਕਦੇ ਨੇ, ਤੇ ਉਸੇ ਹੀ ਆਟੇ ਦੇ ਵਿੱਚ ਕੁਛ ਅਜਿਹਾ ਹੈ ਕਿ ਲੋਕ ਬਿਮਾਰ ਹੋ ਰਹੇ ਨੇ। ਕਈ ਥਾਵਾਂ ਤੋਂ ਹੁਣ ਤੱਕ ਇਹ ਸਾਹਮਣੇ ਆ ਚੁੱਕਿਆ ਹੈ ਕਿ ਨਰਾਤਿਆਂ ਦੇ ਵਿੱਚ ਵਰਤ ਵਾਲਾ ਆਟਾ ਖਾਣ ਦੇ ਨਾਲ ਲੋਕ ਬਿਮਾਰ ਹੋਏ ਨੇ, ਉਲਟੀਆਂ ਲੱਗੀਆਂ ਨੇ, ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਪਏ ਹੋਏ ਨੇ। ਜਲਾਲਾਬਾਦ ਤੋਂ ਬਾਅਦ ਹੁਣ ਫਿਰੋਜ਼ਪੁਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ 150 ਦੇ ਕਰੀਬ ਲੋਕ ਵਰਤ ਵਾਲਾ ਆਟਾ ਖਾਣ ਦੇ ਨਾਲ ਬਿਮਾਰ ਹੋ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਵਰਤ ਰੱਖਣ ਵਾਲੇ ਸ਼ਰਧਾਲੂ ਜਦੋਂ ਵੀ ਵਰਤ ਵਾਲੇ ਆਟੇ ਦੀ ਰੋਟੀ ਖਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜ ਜਾਂਦੀ ਹੈ, ਚੱਕਰ ਆਉਣ ਲੱਗਦੇ ਨੇ, ਉਲਟੀਆਂ ਲੱਗ ਜਾਂਦੀਆਂ ਨੇ, ਜਿਸ ਤੋਂ ਬਾਅਦ ਹਾਲਤ ਇਸ ਕਦਰ ਖਰਾਬ ਹੋ ਜਾਂਦੀ ਹੈ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪੈਂਦਾ ਹੈ। ਕਈ ਲੋਕ ਤਾਂ ਆਪਣੇ ਘਰਾਂ ਦੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਏ ਹੋਏ ਨੇ ਤੇ ਕੁਝ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਨੇ। ਜ਼ਿਆਦਾਤਰ ਲੋਕ ਇੱਥੇ ਸਾਹਮਣੇ ਵੀ ਨਹੀਂ ਆ ਰਹੇ ਨੇ। ਉਧਰ ਹਸਪਤਾਲਾਂ ਦੇ ਵਿੱਚ ਵੀ ਬੈੱਡ ਭਰੇ ਹੋਏ ਨੇ ਮਰੀਜ਼ਾਂ ਦੇ ਨਾਲ ਜੋ ਵਰਤ ਵਾਲਾ ਆਟਾ ਖਾ ਕੇ ਬਿਮਾਰ ਹੋਏ ਨੇ। ਸੋ ਇੱਥੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਨਰਾਤਿਆਂ ਦੇ ਵਿੱਚ ਜੋ ਸ਼ਰਧਾਲੂ ਮਾਤਾ ਦਾ ਵਰਤ ਰੱਖਦੇ ਨੇ ਤਾਂ ਫਲ ਫਰੂਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਵਰਤ ਵਾਲੇ ਆਟੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਹੋਣ ਦੇ ਕਾਰਨ ਲੋਕ ਬਿਮਾਰ ਹੋ ਰਹੇ ਨੇ। ਸਿਹਤ ਵਿਭਾਗ ਦੇ ਵੱਲੋਂ ਵੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਇਹ ਸਾਫ਼ ਨਹੀਂ ਹੋਇਆ ਕਿ ਆਖਿਰ ਲੋਕ ਬਿਮਾਰ ਕਿਉਂ ਹੋ ਰਹੇ ਨੇ ਵਰਤ ਵਾਲੇ ਆਟੇ ਦੇ ਨਾਲ। ਸੋ ਇੱਥੇ ਇਹ ਦੱਸ ਦਈਏ ਕਿ ਜਲਾਲਾਬਾਦ ਦੇ ਵਿੱਚ ਵੀ ਕਈ ਲੋਕ ਬਿਮਾਰ ਹੋਏ ਸਨ ਵਰਤ ਵਾਲਾ ਆਟਾ ਖਾਣ ਦੇ ਨਾਲ, ਤੇ ਹੁਣ ਫਿਰੋਜ਼ਪੁਰ ਦੇ ਵਿੱਚ ਵੀ ਇਹ ਸਾਹਮਣੇ ਆ ਰਿਹਾ ਹੈ ਕਿ 150 ਦੇ ਕਰੀਬ ਲੋਕ ਵਰਤ ਵਾਲਾ ਆਟਾ ਖਾ ਕੇ ਬਿਮਾਰ ਹੋਏ ਨੇ, ਜਿਨ੍ਹਾਂ ਦਾ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ। ਕੱਲ ਫਾਸਟ ਸੀਗਾ, ਕੱਲ ਬਾਜ਼ਾਰ ਵਿੱਚ ਮੈਂ ਆਟਾ ਲੈਣ ਗਿਆ ਸੀ ਕੁੱਟੂ ਦਾ। ਕਿਹੜਾ ਆਟਾ ਸੀ? ਆਟਾ ਕੁੱਟੂ ਦਾ ਸੀਗਾ। ਅੱਛਾ, ਵਰਤਾਂ 'ਚ ਖਾਂਦੇ ਆ। ਫਿਰੋਜ਼ਪੁਰ ਕੈਂਟ ਵਿੱਚ ਪੰਮੀ ਕਰਿਆਨਾ ਸਟੋਰ ਹੈਗਾ ਬਾਜ਼ਾਰ ਚੌਂਕ 'ਚ, ਉਹਨਾਂ ਤੋਂ ਮੈਂ ਆਟਾ ਲੈ ਕੇ ਘਰੇ ਆਇਆ। ਕੋਈ ਗੱਲਬਾਤ ਨਹੀਂ ਸੀਗੀ। ਰਾਤ ਨੂੰ ਆਰਤੀ ਵਗੈਰਾ ਕਰਕੇ ਖਾਣਾ ਜਿਹਾ ਲਗਾ ਖਾਣ ਲੱਗੇ, ਆਰਾਮ ਨਾਲ ਖਾਧੇ ਹੈਗੇ, ਕੋਈ ਇੱਦਾਂ ਦੀ ਗੱਲਬਾਤ ਨਹੀਂ ਸੀਗੀ। ਰਾਤੀ 10:30 ਵਜੇ ਅਸੀਂ ਠੀਕ ਠਾਕ ਸੀਗੇ, ਉਦੋਂ ਅਸੀਂ ਸੋਤੇ ਹਾਂ। ਅਚਾਨਕ ਹੀ ਮਿਸੀ ਦੀ ਤਬੀਅਤ ਖਰਾਬ ਹੋ ਗਈ। ਉਹਨਾਂ ਨੇ ਹੜਬੜਾ ਕੇ ਮੈਨੂੰ ਉਠਾਇਆ ਕਿ ਮੈਨੂੰ ਚੱਕਰ ਆ ਰਿਹਾ। ਉਹਨਾਂ 'ਚ ਫਿਰ ਹੜਬੜਾ ਕੇ ਮੈਂ ਵੀ ਉੱਠਿਆ, ਕੀ ਹੋ ਗਿਆ, ਚੱਕਰ ਆ ਰਿਹਾ ਮੈਨੂੰ। ਮੈਂ ਵੀ ਉੱਠਿਆ, ਮੈਨੂੰ ਇੱਕ ਦਿਨ ਚੱਕਰ ਆ ਗਿਆ, ਮੈਨੂੰ ਤਾਂ ਲੱਗ ਰਿਹਾ ਸਾਰਾ ਘਰ ਘੁੰਮੀ ਜਾ ਰਿਹਾ ਹੈਗਾ। 2 ਮਿੰਟ ਮੈਂ ਸੀ ਕਹਿੰਦੀ ਕੀ ਹੋ ਰਿਹਾ, ਮੈਂ ਪੁੱਛਿਆ, ਮੈਂ ਕਿਹਾ ਠੀਕ ਹੈ, ਕਹਿੰਦੀ ਨਹੀਂ ਹੁਣ ਮੈਨੂੰ ਨਾ ਉਲਟੀ ਆ ਰਹੀ ਹੈ। ਮੈਂ ਲੈ ਕੇ ਗਿਆ ਉਹਨੂੰ ਸਿੰਕ ਕੋਲ, ਨਹੀਂ ਪਹੁੰਚਣ 'ਚ ਮੈਨੂੰ ਵੀ ਉਲਟੀਆਂ ਸ਼ੁਰੂ ਹੋ ਗਈਆਂ, ਦੋਨੇ ਉਲਟੀਆਂ ਕਰਦੇ ਰਹੇ। ਇਸ ਤਰ੍ਹਾਂ ਲੱਗ ਰਿਹਾ ਵੀ ਜਾਨ ਨਿਕਲਦੀ ਪਈ। ਫਿਰ ਮੇਰੀ ਬੇਟੀਆਂ ਨੇ ਆਪਣੇ ਪੜੋਸੀਆਂ ਨੂੰ ਫੋਨ ਕਰਕੇ ਬੁਲਾਇਆ, ਉਹਨੇ 'ਚੋਂ ਆਏ ਫੋਨ 'ਤੇ ਕੀਤਾ ਅਤੇ ਫਿਰ ਆਏ ਘਰੇ। ਫਿਰ ਮੈਨੂੰ ਲੈ ਕੇ ਇੱਥੇ ਮੇਰੀ ਮਿਸ ਨੂੰ ਲੈ ਕੇ ਰਾਤੀ ਰੇਲਵੇ ਹੋਸਪਿਟਲ ਐਡਮਿਟ ਕੀਤਾ।
ਇੱਥੇ ਹੁਣ ਟ੍ਰੀਟਮੈਂਟ ਚੱਲਦਾ ਪਿਆ, ਹੁਣ ਥੋੜ੍ਹਾ ਠੀਕ ਹੈ ਗਿਆ। ਤੁਹਾਨੂੰ ਦੋਵਾਂ ਨੇ ਖਾਧਾ ਸੀਗਾ ਆਟਾ? ਹਾਂਜੀ ਦੋਨਾਂ ਨੇ, ਬੱਚੇ ਬੱਚੇ ਗੁੜੀਆ ਪਹਿਲਾਂ ਹੀ ਸੌ ਗਈ ਸੀ, ਉਹਨੇ ਖਾਣਾ ਹੀ ਨਹੀਂ ਖਾਧਾ ਸੀਗਾ। ਤੁਸੀਂ ਦੋਵਾਂ ਨੇ ਖਾਧਾ? ਦੋਨਾਂ ਨੇ ਖਾਧਾ ਸੀਗਾ। ਫਿਰ ਤੁਹਾਨੂੰ ਦੋਵਾਂ ਨੂੰ ਫੂਡ ਪੋਇਜ਼ਨਿੰਗ? ਹਾਂਜੀ ਦੋਨਾਂ ਨੇ ਹੋਈ ਜੀ। ਅੱਛਾ, ਅਤੇ ਡਾਕਟਰਾਂ ਨੇ ਦੱਸਿਆ ਕੀ ਕਾਰਨ ਬਣਿਆ? ਬਸ ਇਹੀ ਫੂਡ ਦੇ ਦੱਸਦੇ ਪਏ, ਕੁੱਟੂ ਆਟਾ ਖਰਾਬ ਸੀਗਾ, ਉਹਦੇ ਕਰਕੇ ਹੀ ਹੋਇਆ। ਰਾਤਾਂ ਨੂੰ ਬਹੁਤ ਉੱਲਟੀਆਂ, ਇੱਥੇ ਵੀ ਰੇਲਵੇ ਹੋਸਪਿਟਲ ਉੱਲਟੀਆਂ ਕਰਦੇ ਰਹੇ ਮੈਂ, ਅਤੇ ਇੱਥੇ ਵੀ ਵਾਰਡ 'ਚ ਵੀ ਉੱਲਟੀਆਂ ਕਰਦੇ ਰਹੇ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਮੈਂ ਲੋਕੋ ਛੁੱਟਪੁਰ ਕਰ ਰਿਹਾ। ਲੋਕਲ? ਤਾਂ ਨੌਕਰੀ ਕਰਦੇ ਹੋ? ਹਾਂ ਮੈਂ ਰੇਲਵੇ ਇੰਪਲਾਈ ਹਾਂ। ਰੇਲਵੇ? ਹਾਂਜੀ। ਕੀ ਨਾਮ ਹੈ ਸਰ ਤੁਹਾਡਾ? ਰਣਬੀਰ ਸਿੰਘ ਨਾਮ।